ਨਾਂ ਦੀ ਬਿਮਾਰੀ ਹੈ, ਇਹ ਵਰਲਡ ਲੈਵਲ 'ਤੇ ਬਹੁਤ ਵੱਡੇ ਰੂਪ ਵਿੱਚ ਫੈਲ ਚੁੱਕੀ ਹੈ। ਇਹ ਸਾਡੇ ਇੰਡੀਆ ਵਿੱਚ ਆਪਣਾ ਜਿਹੜਾ ਵਿਕਾਸ ਰੂਪ ਆ ਉਹ ਨਾ ਲਵੇ, ਉਹਦੇ ਵਾਸਤੇ ਸਾਡੀ ਨੈਸ਼ਨਲ ਗੌਰਮੈਂਟ ਅਤੇ ਸਾਡੀ ਸਟੇਟ ਗੌਰਮੈਂਟ ਵੱਲੋਂ ਯਤਨ ਕੀਤੇ ਜਾ ਰਹੇ ਨੇ, ਕਿਉਂਕਿ ਜਿਵੇਂ ਅਸੀਂ ਆਮ ਕਹਿ ਦਿੰਦੇ ਹਾਂ ਕਿ ਪ੍ਰਵੈਂਸ਼ਨ ਇਜ਼ ਮੱਚ ਬੈਟਰ ਦੈਨ ਕਿਓਰ। ਅਸੀਂ ਗੱਲ ਹੋਣ ਹੀ ਨਾ ਦਈਏ, ਅਸੀਂ ਉਹਨੂੰ ਹੋਣ ਤੋਂ ਪਹਿਲਾਂ ਰੋਕੀਏ ਅਤੇ ਆਓ ਰਲ ਕੇ ਆਪਾਂ ਯਤਨ ਕਰੀਏ ਕਿ ਇਹ ਬਿਮਾਰੀ ਜਿਹੜੀ ਹੈ ਉਹ ਸਾਡੀ ਸਟੇਟ ਵਿੱਚ, ਸਾਡੇ ਦੇਸ਼ ਵਿੱਚ ਪੈਰ ਨਾ ਪਸਾਰ ਸਕੇ। ਇਹਦੇ ਵਾਸਤੇ ਪਿਛਲੇ ਦਿਨੀ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਕੱਲ੍ਹ ਹੀ ਤੁਸੀਂ ਦੇਖਿਆ 2 ਵਜੇ ਤੋਂ ਕਰਫਿਊ ਦਾ ਐਲਾਨ ਕੀਤਾ ਗਿਆ, ਅਤੇ ਕਰਫਿਊ ਵਿੱਚ ਪਹਿਲਾਂ ਸੀ ਕਿ ਢਿੱਲ ਦਿੱਤੀ ਜਾਵੇਗੀ, ਪਰੰਤੂ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਉਹ ਜਿਹੜੀ ਢਿੱਲ ਹੈ ਉਹ ਬਿਲਕੁਲ ਢਿੱਲ ਨਹੀਂ ਦਿੱਤੀ ਗਈ। ਮੈਂ ਤੁਹਾਡੇ ਸਾਰਿਆਂ ਦੇ ਮਾਧਿਅਮ ਰਾਹੀਂ ਆਪਣੇ ਲੋਕਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਕੁਛ ਜਿਹੜੀਆਂ ਜ਼ਰੂਰੀ ਸੇਵਾਵਾਂ ਨੇ, ਜ਼ਰੂਰੀ ਸੇਵਾਵਾਂ ਵਿੱਚ ਜਿਵੇਂ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਜਿਵੇਂ ਦੁੱਧ ਦੀ ਸਪਲਾਈ, ਰਾਸ਼ਨ ਦੀ ਸਪਲਾਈ, ਦਵਾਈਆਂ ਦੀ ਸਪਲਾਈ, ਈਵਨ ਇੱਥੋਂ ਤੱਕ ਪਸ਼ੂਆਂ ਦੇ ਚਾਰੇ ਦੀ ਸਪਲਾਈ ਜਾਂ ਗੈਸ ਦੀ ਸਪਲਾਈ, ਜਿਹੜੇ ਲੋਕ ਅਜਿਹੀ ਸਪਲਾਈ ਕਰਨਾ ਚਾਹੁੰਦੇ ਨੇ ਉਹ ਲੋਕ ਪਹਿਲਾਂ ਸਾਡੇ ਪ੍ਰਸ਼ਾਸਨ ਵੱਲੋਂ ਕਰਫਿਊ ਪਰਮਿਸ਼ਨ @gmail.com ਈਮੇਲ ਬਣਾਈ ਗਈ ਹੈ। ਇਹਦੇ ਨਾਲ ਨਾਲ ਇੱਕ ਵਟਸਐਪ ਨੰਬਰ ਦਿੱਤਾ ਗਿਆ 93572000786। ਇਸ ਨੰਬਰ 'ਤੇ ਤੁਸੀਂ ਪਹਿਲਾਂ ਪਰਮਿਸ਼ਨ ਲੈ ਕੇ, ਪ੍ਰਸ਼ਾਸਨ ਤੋਂ ਪਰਮਿਸ਼ਨ ਹਾਸਲ ਕਰਕੇ, ਫਿਰ ਤੁਸੀਂ ਡੋਰ ਟੂ ਡੋਰ ਸਪਲਾਈ ਜਿਹੜੀ ਹੈਗੀ ਆ ਕਰ ਸਕਦੇ ਹੋ। ਇੱਥੇ ਮੈਂ ਇਹ ਦੱਸਣਾ ਚਾਹੁੰਦਾ ਸਾਡੇ ਸ਼ਹਿਰੀਆਂ ਨੂੰ ਕਿ ਅੱਜ ਕਰਫਿਊ ਵਿੱਚ ਕੋਈ ਵੀ ਢਿੱਲ ਨਹੀਂ ਹੈ, ਸਗੋਂ ਤੁਹਾਡੀ ਸੁਵਿਧਾ ਲਈ ਸਾਡੀ ਜਿਹੜੀ ਪ੍ਰਸ਼ਾਸਨ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਅੱਜ ਤੁਹਾਡੇ ਘਰ ਘਰ ਸਪਲਾਈ ਪਹੁੰਚਾਉਣ ਵਾਸਤੇ ਇਹ ਇੱਕ ਯਤਨ ਹੈ। ਸੋ ਤੁਸੀਂ ਇਸ ਮਹਾਂਮਾਰੀ ਨੂੰ ਮੁੱਖ ਰੱਖਦਿਆਂ, ਮੈਂ ਸਮਝਦਾ ਕਿ ਸਾਡੇ ਜਿਹੜੇ ਪੰਜਾਬੀ ਨੇ ਇਹ ਬਹੁਤ ਵਡਮੁੱਲਾ ਯੋਗਦਾਨ ਪਾਉਣ ਵਾਲੇ ਲੋਕ ਨੇ। ਹਰੇਕ ਬੰਦੇ ਦੇ ਦਿਮਾਗ ਵਿੱਚ ਇੱਕ ਅੱਜ ਅੱਗੇ ਆਉਣ ਦੀ ਹੈ ਕਿ ਮੈਂ ਕੁਛ ਅੱਗੇ ਆ ਕੇ ਆਪਣੀ ਸਿਟੀ ਵਾਸਤੇ, ਆਪਣੇ ਸਟੇਟ ਜਾਂ ਦੇਸ਼ ਵਾਸਤੇ ਕੁਛ ਕਰ ਸਕਾਂ। ਹਾਂ, ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਅੱਜ ਤੁਸੀਂ ਇਹ ਕੰਮ ਕਰ ਸਕਦੇ ਹੋ। ਤੁਸੀਂ ਆਪਣੇ ਘਰਾਂ ਦੇ ਵਿੱਚ ਬੰਦ ਹੋ ਕੇ, ਘਰਾਂ 'ਚ ਰੁਕ ਕੇ ਤੁਸੀਂ ਆਪਣੇ ਸਿਟੀ ਵਾਸਤੇ, ਆਪਣੀ ਸਟੇਟ ਅਤੇ ਆਪਣੇ ਦੇਸ਼ ਵਾਸਤੇ ਕੰਮ ਕਰ ਸਕਦੇ ਹੋ। ਇਸ ਕਰਕੇ ਮੇਰੀ ਸਾਰਿਆਂ ਨੂੰ ਅਪੀਲ ਹੈ, ਬੇਨਤੀ ਹੈ ਕਿ ਆਓ ਆਪਾਂ ਇਸ ਬਿਮਾਰੀ ਨੂੰ, ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਆਪਣੇ ਆਪਣੇ ਘਰਾਂ ਵਿੱਚ ਹਾਜ਼ਰ ਰਹੀਏ ਅਤੇ ਪ੍ਰਸ਼ਾਸਨ ਦਾ ਸਹਿਯੋਗ ਦਈਏ। ਤੁਸੀਂ ਬਿਨਾਂ ਮਤਲਬ ਤੋਂ ਕਈ ਵਾਰੀ ਹੁੰਦਾ ਕਿ ਕਈ ਵਾਰੀ ਅਸੀਂ ਜਗ੍ਹਾ ਰੋਕਦੇ ਹਾਂ, ਮੈਂ ਬਾਹਰ ਗੇੜਾ ਜਿਹਾ ਲਾ ਕੇ ਦੇਖਣ ਆਇਆ ਸੀ ਕਿ ਕੀ ਚੱਲ ਰਿਹਾ ਯਾਰ। ਜਦੋਂ ਆਪਾਂ ਨੂੰ ਪਤਾ ਹੈ ਕਿ ਹਾਲਾਤ ਜਿਹੜੇ ਹੈਗੇ ਆ ਉਹ ਬਹੁਤ ਜ਼ਿਆਦਾ ਔਖੇ ਨੇ, ਸਾਨੂੰ ਇਸ ਔਖੀ ਘੜੀ ਵਿੱਚ ਸਾਰਿਆਂ ਨੂੰ ਸਬਰ ਨਾਲ, ਹਿੰਮਤ ਨਾਲ, ਦਲੇਰੀ ਨਾਲ ਇਸ ਮਹਾਂਮਾਰੀ ਨਾਲ ਲੜਨ ਦੀ ਲੋੜ ਹੈ। ਉਹ ਲੜਾਈ ਅਸੀਂ ਘਰ ਬੈਠ ਕੇ ਹੀ ਲੜ ਸਕਦੇ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਆਓ, ਜੇਕਰ ਕਿਸੇ ਨੂੰ ਕਿਸੇ ਐਮਰਜੈਂਸੀ ਪਰਮਿਸ਼ਨ ਦੀ ਲੋੜ ਹੈ ਤਾਂ ਤੁਸੀਂ, ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ। ਤੁਸੀਂ, ਮੈਂ ਜਿਵੇਂ ਤੁਹਾਨੂੰ ਦੱਸਿਆ, ਕਰਫਿਊ ਪਰਮਿਸ਼ਨ @gmail.com ਈਮੇਲ 'ਤੇ, ਜਾਂ ਤੁਸੀਂ ਵਟਸਐਪ ਨੰਬਰ 93572000786 'ਤੇ ਆਪਣੀ ਐਮਰਜੈਂਸੀ ਦੇ ਸੰਬੰਧਿਤ ਦਸਤਾਵੇਜ਼ ਪ੍ਰੋਵਾਈਡ ਕਰਕੇ ਤੁਸੀਂ ਆਪਣੀ ਪਰਮਿਸ਼ਨ ਹੈ ਜਿਹੜੀ ਉਹ ਪ੍ਰਸ਼ਾਸਨ ਤੋਂ ਹਾਸਲ ਕਰ ਸਕਦੇ ਹੋ। ਇਸ ਕਰਕੇ ਛੋਟੀਆਂ ਛੋਟੀਆਂ ਗੱਲਾਂ ਵਾਸਤੇ ਤੁਸੀਂ ਬਾਹਰ ਨਾ ਆਓ, ਛੋਟੇ ਛੋਟੇ ਐਕਸਕਿਊਜ਼ ਨਾ ਬਣਾਓ, ਕਿਉਂਕਿ ਆਪਾਂ ਜਿਹੜੀ ਬਿਮਾਰੀ ਨਾਲ ਲੜ ਰਹੇ ਹਾਂ ਉਹ ਅਜਿਹੀ ਬਿਮਾਰੀ ਹੈ ਜਿਹਦੇ ਵਾਸਤੇ ਅਸੀਂ ਰੱਬ ਨੂੰ ਕੋਈ ਬਹਾਨਾ ਨਹੀਂ ਬਣਾ ਸਕਦੇ। ਸੋ ਸਾਨੂੰ ਸਾਰਿਆਂ ਨੂੰ ਇਸ ਸਮੇਂ ਅਜਿਹੀ ਸਥਿਤੀ 'ਚ ਆਪਦੀ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ, ਤੁਹਾਡੀ ਆਪਣੀ ਲੁਧਿਆਣਾ ਪੁਲਿਸ ਜਿਹੜੀ 24 ਘੰਟੇ ਦਿਨ ਰਾਤ ਤੁਹਾਡੀ ਸੇਵਾ ਲਈ ਤਤਪਰ ਹੈ, ਉਹਦਾ ਸਹਿਯੋਗ ਕਰਨ ਦੀ ਲੋੜ ਹੈ। ਅਤੇ ਤੁਸੀਂ ਘਰਾਂ ਵਿੱਚ ਵੀ, ਮੈਂ ਬੇਨਤੀ ਕਰੂੰਗਾ ਕਿ ਤੁਸੀਂ ਘਰਾਂ ਵਿੱਚ ਵੀ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੋ, ਨਾਲ ਦੀ ਨਾਲ ਤੁਸੀਂ ਆਪਣੇ ਹੱਥਾਂ ਨੂੰ ਸੈਨੀਟਾਈਜ਼ ਕਰਕੇ ਰੱਖੋ ਸੈਨੀਟਾਈਜ਼ਰ ਨਾਲ। ਈਵਨ ਜਿਹੜੇ ਤੁਹਾਡੇ ਘਰ 'ਚ ਕੋਈ ਕੰਮ ਕਰਨ ਵਾਲੇ ਵੀ ਆਉਂਦੇ ਆ, ਉਹਨਾਂ ਨੂੰ ਵੀ, ਜਿਹੜਾ ਵੀ ਕੋਈ ਵੀ ਵਿਅਕਤੀ ਜੇ ਬਾਹਰੋਂ ਅੰਦਰ ਐਂਟਰ ਕਰਦਾ ਤਾਂ ਉਹ ਪਹਿਲਾਂ ਸੈਨੀਟਾਈਜ਼ਰ ਨਾਲ ਸੈਨੀਟਾਈਜ਼ ਹੋ ਕੇ ਹੀ ਘਰ 'ਚ ਦਾਖਲਾ ਲਵੇ। ਛੋਟੀਆਂ ਛੋਟੀਆਂ ਪ੍ਰੀਕੋਸ਼ਨਸ ਲੈਣ ਦੀ ਅਤਿਅੰਤ ਲੋੜ ਹੈ। ਧੰਨਵਾਦ।